पूरे जग विच वसते हुए पंजाबी प्यारियो अस्सलाम अलैकुम, जिउंदे वसते रहो, खुश रहो, सलामत रहो। अज असी जट कबीलियां विचों चौहान जां चाहूमान जट कबीले दा तुहाडे नाल जिक्र सांझा करन लगे हां। इहदे च कुछ भुलेखे जिहड़े मुख्तलिफ किताबां दे जरिए पए ਉਹ ਇਹ ਨੇ ਕਿ ਪ੍ਰਿਥਵੀ ਰਾਜ ਚੌਹਾਨ ਨੂੰ ਸਮਝਿਆ ਜਾਂਦਾ ਕਿ ਉਹ ਚੀਮਾ ਜਿਹੜਾ ਉਹਦਾ ਪੋਤਰਾ ਸੀ, ਹਾਲਾਂਕਿ ਇਹ ਗੱਲ ਨਹੀਂ। ਚੌਹਾਨ ਜਿਹੜਾ ਇਹਦਾ ਪੁੱਤਰ ਸੀ ਚੀਮਾ, ਅਤੇ ਅੱਗੋਂ ਪ੍ਰਿਥਵੀ ਰਾਜ ਜਿਹੜਾ ਸੀ ਦਿੱਲੀ ਦਾ ਆਖਰੀ ਬਾਦਸ਼ਾਹ, ਉਹ ਪੰਜਵੀਂ ਪੁਸ਼ ਤੋਂ ਚੀਮੇ ਦਾ ਅੱਗੋਂ ਪੁੱਤਰ ਹੋਇਆ। ਚੈਨਲ ਬਾਬਾ ਬਾਜਵਾ ਨੂੰ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਕਰ ਦਿਓ ਔਰ ਬੈੱਲ ਆਈਕਾਨ ਨੂੰ ਕਲਿੱਕ ਕਰ ਦਿਓ। ਵੀਡੀਓ ਚੰਗੀ ਲੱਗੇ ਤਾਂ ਇਹਨੂੰ ਲਾਇਕ ਵੀ ਕਰਿਆ ਕਰੋ ਅਤੇ ਸ਼ੇਅਰ ਵੀ ਕਰਿਆ। ਚੌਹਾਨ ਜਾਂ ਚਾਹੂਮਾਨ ਜੱਟ ਕਬੀਲਾ ਸਦੀਆਂ ਪੁਰਾਣਾ ਕਬੀਲਾ, ਜੋ ਮੁੱਢੋਂ ਸੂਰਜਵੰਸ਼ੀ ਨਸਲੋਂ ਏ, ਪਰ ਅੱਗੇ ਜਾ ਕੇ ਅੱਗ ਦੀ ਨਿਸਬਤ ਪਾਰੋਂ ਇਹ ਕਬੀਲਾ ਅਗਨ ਬੰਸਦਾਂਦਾ। ਅਸੀਂ ਜਿਹੜੇ ਚੌਹਾਨ ਦੀ ਅਸੀਂ ਗੱਲ ਕਰਨ ਲੱਗੇ ਹਾਂ ਉਹ ਅਸਲੋਂ ਜੱਟ ਕਬੀਲਾ। ਇੱਕ ਹੋਰ ਗੱਲ ਨਤਾਰ ਦੇ ਜਾਈਏ ਵੀ ਦਿੱਲੀ ਦਾ ਆਖਰੀ ਬਾਦਸ਼ਾਹ ਚੌਹਾਨ ਜਿਹੜਾ ਇਹ ਇਹਦੇ ਤੋਂ ਬਹੁਤ ਮਗਰੋਂ ਹੋਇਆ, ਕਾਫੀ 6-7 ਪੁਸ਼ਤਾਂ ਮਗਰੋਂ ਹੋਇਆ, ਅਤੇ ਉਹ ਚੀਮਾ ਜੱਟ ਕਬੀਲਾ ਤੋਂ ਪੰਜਵੀਂ ਪੁਸ਼ਤ ਉਹਦੀ ਵਿੱਚ ਹੋਇਆ, ਯਾਨੀ ਚੀਮੇ ਦੀ ਨਸਲ ਵਿੱਚੋਂ ਸੀ ਉਹ। ਇਹ ਵੀ ਗੱਲ ਪੱਕੀ ਹੈ ਭਈ ਇਸ ਕਬੀਲੇ ਦਾ ਰਾਜਪੂਤੀ ਨਾਲ ਕੋਈ ਤਲਕ ਨਹੀਂ। ਇਹ ਸਾਰਾ ਨਤਾਰਾ ਅਸੀਂ ਵੀਡੀਓ ਦੇ ਆਖਰ 'ਤੇ ਕਰ ਦਿਆਂਗੇ, ਜਿੱਥੇ ਅਸੀਂ ਸ਼ਿਜਰਾ ਬਿਆਨ ਕਰਾਂਗੇ। ਹੁਣ ਅਸੀਂ ਵੇਖਦੇ ਹਾਂ ਵੀ ਹੋਰ ਤਜ਼ਕਰਾ ਕਰਨ ਵਾਲੇ ਇਸ ਕਬੀਲੇ ਦੇ ਬਾਰੇ ਕੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਦੇ ਨੇ। ਗਲਾਸਰੀ ਆਫ ਟ੍ਰਾਈਬਸ ਐਂਡ ਕਾਸਟਸ ਵਿੱਚ ਈਡੀ ਮੈਕਲੇਗਨ ਅਤੇ ਐਚ ਏ ਰੂਜ਼ ਨੇ ਚੌਹਾਨ ਜੱਟ ਕਬੀਲਾ ਬਾਰੇ ਜਾਣਕਾਰੀ ਇੰਝ ਦਿੱਤੀ ਹੈ, ਇਹ ਮਰਕਜ਼ੀ ਰਾਜਪੂਤ ਕਬੀਲਾ ਇਹਨੂੰ ਬਣਾ ਦਿੱਤਾ ਹੈ। ਅਤੇ ਇਹ ਵੀ ਲਿਖਿਆ ਵੀ ਚੌਹਾਨ ਕਬੀਲਾ 36 ਹੁਕਮਰਾਨ ਨਸਲਾਂ ਵਿੱਚ ਗਿਣਿਆ ਜਾਂਦਾ ਹੈ। ਹਾਲਾਂਕਿ ਅਸੀਂ ਦੱਸ ਚੁੱਕੇ ਹਾਂ ਕਿ ਉਹ 36 ਦੇ 36 ਖਾਨਦਾਨ ਜਿਹੜੇ ਨੇ ਜੱਟਾਂ ਦੇ, ਜੱਟ ਹਾਕਮਾਂ ਦੇ, ਜੱਟ ਮਹਾਰਾਜਿਆਂ ਦੇ ਖਾਨਦਾਨ। ਟਾਡ ਚੌਹਾਨ ਨੂੰ ਸਾਰੀ ਰਾਜਪੂਤ ਨਸਲ ਵਿੱਚੋਂ ਸਭ ਤੋਂ ਬਹਾਦਰ ਨਸਲ ਮੰਨਦਾ ਅਤੇ ਦੱਸਦਾ। ਹਾਲਾਂ ਟਾਡ ਹੀ ਆਖਦਾ ਵੀ ਜੱਟ ਇੱਕ ਨਸਲ ਹੈ ਅਤੇ ਰਾਜਪੂਤ ਇੱਕ ਟਾਈਟਲ ਜਾਂ ਲਕਬ ਹੈ। ਅੱਗੇ ਇਸ ਤਜ਼ਕਰੇ 'ਚ ਲਿਖਿਆ ਹੋਇਆ ਵੀ ਹਿੰਦੁਸਤਾਨ ਦੇ ਆਖਰੀ ਹਾਕਮ ਪ੍ਰਿਥੀ ਰਾਜ ਦੇ ਵੀ ਇਸੇ ਕਬੀਲਿਓਂ ਸੀ, ਅਤੇ ਨਾਲ ਅੱਗੇ ਜਾ ਕੇ ਲਿਖਿਆ ਵੀ ਲੱਗਦਾ ਹੈ ਵੀ ਉਹਨਾਂ ਦਾ ਹੈੱਡਕੁਆਟਰ ਦਿੱਲੀ ਬਣਨ ਤੋਂ ਪਹਿਲਾਂ ਜੈਪੁਰ, ਸਾਂਭਰ ਅਤੇ ਅਜਮੇਰ ਵਿੱਚ ਇਹਨਾਂ ਦਾ ਵਤਨ ਸੀ, ਅਤੇ ਦਿੱਲੀ ਵਿੱਚੋਂ ਕੱਢੇ ਜਾਣ ਮਗਰੋਂ ਜਮਨਾ ਜਿਹੜਾ ਨਾ ਉਹਦੇ ਨੇੜੇ ਸੰਭਲ ਵਿੱਚ ਮੁਰਾਦਾਬਾਦ ਵਿੱਚ ਚਲੇ ਗਏ ਸਨ। ਉਹਨਾਂ ਦੀ ਚੌਖੀ ਗਿਣਤੀ ਕਰਨਾਲ ਅਤੇ ਅੰਬਾਲਾ ਦੇ ਜ਼ਿਲ੍ਹੇ ਅੰਦਰ ਵੇਖੀ ਗਈ ਹੈ। ਅੰਬਾਲਾ ਦੇ ਚੌਹਾਨ ਸੂਰਜਵੰਸ਼ੀ ਹੋਣ ਦੇ ਦਾਅਵੇਦਾਰ ਨੇ। ਇਸ ਜ਼ਿਲ੍ਹੇ ਅੰਦਰ ਇਹਨਾਂ ਦੇ 199 ਪਿੰਡ ਨੇ। ਉਹ ਆਪਣਾ ਕੁਰਸੀਨਾਮਾ ਇੰਝ ਦੱਸਦੇ ਨੇ ਵੀ ਰਾਜਾ ਨਾਨਕ ਰਾਓ ਮੇਤਰ ਨੱਥਾ ਦਾ ਅਤੇ ਨੱਥਾ ਜਿਹੜਾ ਪੁੱਤਰ ਸੁਭ ਮੱਲ ਦਾ, ਅਤੇ ਨੱਥਾ ਦੀਆਂ ਔਲਾਦਾਂ ਨੇ ਮਤਲਬ ਇਹ ਕਿ ਕੋਹਲੀ ਰਾਜਪੂਤਾਂ ਨੂੰ ਤੰਗਰੀ ਤੋਂ ਕੱਢਿਆ ਸੀ, ਅਤੇ ਸਭ ਮੱਲ ਦੇ ਪੁੱਤਰ ਤਲੋਕ ਚੰਦ ਦੀ ਔਲਾਦ ਦੇ 199 ਪਿੰਡਾਂ 'ਚੋਂ 84 ਪਿੰਡਾਂ ਦੀ ਮਾਲਕੀ ਇਹਨਾਂ ਦੀ ਬਣੀ। ਪਰ ਸਭ ਮੱਲ ਦਾ ਦੂਜਾ ਪੁੱਤਰ ਮਾਲਕ ਚੰਦ ਜਿਹੜਾ ਮੁਸਲਮਾਨ ਹੋ ਗਿਆ ਅਤੇ ਰਹਿੰਦੇ 85 ਪਿੰਡ ਉਹਨੇ ਮੱਲ ਲਏ। ਤਲੋਕ ਚੰਦ ਦੀ 8ਵੀਂ ਪੀੜ੍ਹੀਓਂ ਜਗਜੀਤ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਮੁਖਾਲਫ ਸੀ। 1756 ਵਿੱਚ ਉਹਦਾ ਪੋਤਰਾ ਫਤਿਹ ਚੰਦ ਆਪਣੇ ਦੋ ਪੁੱਤਰਾਂ ਫੁੱਬ ਸਿੰਘ ਅਤੇ ਚੂੜ ਸਿੰਘ ਦੇ ਨਾਲ ਆਮਦ ਸ਼ਾਹ ਦੁਰਾਨੀ ਕੋਲੋਂ ਨੱਟ ਕੇ ਕੁਹਾਤਾ ਚਲਾ ਗਿਆ, ਜਿੱਥੇ ਸ਼ਾਹੀ ਫੌਜਾਂ ਨੇ ਰਾਏ ਕੁਹਾਤਾ ਦੇ ਝੰਡੇ ਹੇਠ 7000 ਚੌਹਾਨ ਜਿਹੜੇ ਸਨ ਉਹਨਾਂ ਨੂੰ ਮਾਰ ਸੁੱਟਿਆ। ਅਤੇ ਦਿੱਲੀ ਸ਼ਹਿਰ ਤੋਂ ਦੱਖਣ ਚੌਹਾਨਾਂ ਦੇ ਕੁਝ ਪਿੰਡ ਨੇ। ਇਸ ਤੋਂ ਅੱਡ ਸੋਨੀਪਤ ਤਹਿਸੀਲ ਵਿੱਚ ਜਖੌਲੀ ਲਾਗੇ ਵੀ ਚੌਹਾਨਾਂ ਦੀ ਆਬਾਦੀ ਹੈ, ਪਰ ਉਸ ਜ਼ਿਲ੍ਹੇ ਵਿੱਚ ਉਹ ਬੇਵਾ ਦਾ ਵਿਆਹ ਕਰਨ ਲੱਗ ਪਏ ਨੇ ਅਤੇ ਹੋਰ ਰਾਜਪੂਤਾਂ ਨੇ ਉਹਨਾਂ ਨਾਲੋਂ ਸਾਂਝ ਤਰੋੜ ਲਈ ਹੈ। ਨਾਲ ਇਹ ਵੀ ਦੱਸਿਆ ਕਿ ਉਹ ਸੁਥਰੇ ਵਾਹੀਵਾਨ ਬਣ ਗਏ ਨੇ। ਵਿਚਕਾਰਲੇ ਅਤੇ ਕੁਝ ਲਹਿੰਦੇ ਦੇ ਇਲਾਕਿਆਂ ਵਿੱਚ ਸਿਆਲਕੋਟ ਵਰਗੇ ਜ਼ਿਲ੍ਹਿਆਂ ਅੰਦਰ ਚੌਹਾਨਾਂ ਨੇ ਆਪਣੇ ਆਪ ਨੂੰ ਰਾਜਪੂਤ ਦੇ ਨਾਲ ਨਾਲ ਜੱਟ ਵੀ ਲਿਖਾਇਆ ਹੈ। ਇੰਝ ਹੀ ਅੰਮ੍ਰਿਤਸਰ ਵਿੱਚ ਇਹਨਾਂ ਨੂੰ ਵਾਹੀਵਾਨ ਕਬੀਲੇ ਵਜੋਂ ਜੱਟ, ਰਾਜਪੂਤ ਅਤੇ ਗੁੱਜਰ ਵੀ ਗਿਣਿਆ ਜਾਂਦਾ ਹੈ।
यानी इको वक्त ही चौहाना जट भी तो गुजर भी तो राजपूत भी मतलब अमृतसर गिणिया जाता है। मिंट कुमरी तो शाहपुर भी इन्हों की गिनती इंज ही लिखी गई है। बहावलपुर चौहान कबीले के जेडे कब कई कबीलचे ने तीन कबीलचे जड़े ने उन्हों ने खाली हमशीरा तो खिची हमशीरा चौहान अजक चौखे उच्च पेशकारी मिलते ने उन्हों का आखने भी उन्हों का वटका जड़ा अकबर बादशाह का दुध शरीक भरा से कई आखते हैं भी वह हमशीरा नहीं सगों हशमीरा ने 700 साल पहला दे अजमेर के हाकम खिची खान की औलाद होने के दावेदार खिची आखते हैं भी उन्होंने वटके ने मिंट कुमरी शेरगढ़ जिहड़ा कस्बा बड़ा वड्डा उहदा नीह पत्थर रख्या सी। उह गिनती विच घटने अते बस चढ़दे खैरपुर की कारदारी करन दे नाल नाल उह तरखाना काम भी करदे ने, पर मुल्तान दे चौहान जिहड़े ने उह चंगे खांदे पींदे ने। चौखे जट्टां अते होर कबीलियां विच चौहाना दीआं शाखां मौजूद ने अते पंजाब विच किसी वड्डी गोद का नाम दसना औखा है जिहदे अंदर चौहान ना होण। इतों तीकर भी चमियारा भी चौहान है ने पंजाब खिचिया तो वड़ैचा भी चौखे चौहान कबीले है ने। असल मैं जिस तरह दसिया है कि बुनियादी तौर पर यह खानदानी जटा है और जहर वो उन्होंने नस्ल चोगो कई लोग अपनी नस्ल उन्होंने भी जोड़ते हैं। जाट्स का एंशंट रूलर बी एस दाइया चौहान चवान जट के सरनावे हेठ साढ़े नाल इंज जानकारी साझी करते हैं कि इन्हां दी तारीख घोड़े चढ़ी है इसलिए इनू दौरान की लोड़ नहीं। वायुपुराण विच एक इंज की कौम का नाँ आउंदा जो चाहू का सदांदी है। जे पानी नहीं दे कुलिए मुताबक आखिरी का हटा दिता जावे अते अन्न नाल ला दिता जावे तो चाहू आन का लफ्ज़ बन जाता है जो ठीक ते असली नाँ लगता है। संस्कृत जबान का नाँ चहमान अग की कुरबानी वेले दिता गया होएगा। डीसी सरकार ने पुराणा का हवाला दिता है। कोटा चाहू का अरना ते द्रोवा दे मुल्क विच चढ़दे मुल्कां तो मुराद उत्तरी हिंद सिंध है। क्यों इसलिए भी वो आपों उत्तर लेंदे दे आखिरी हिस्से विच सन। उन्हां दे मुल्क विच उत्तरी हिंद सिंध चढ़दे वाला बन जांदा है। चाहूकाई असल विच चाहूवान ने फर्क तो बस किसी की पसंद पारों किए जाने वाले वाधे का है। जे का नाल वधा दिता जाएगा तो कबीले का नाँ चाहूका होगा तो जे अगे अण वधा दिता जाए तो ठीक ना चाहूवान होएगा यानी इस वेले का चौहान जड़ा बन जाएगा। धौलपुर के चाहूवान हाकमा दी 842 की लिखत उदे विच लिखिया होया कि चाहूवान वल्द भूपती चरोद मिशा यानी चाहूवान की आला नस्ल के वारस वाली चौहान असल अचारण चौहान भारत का पिछला राखी का वजीर इस कबीले दे विचों से। पंजाब कास्टस विच डेंजल इबिस इबरसन चौहान कबीले नूं राजपूत कबीले की रस्सी विच परोंदिया होया आखदे ने कि चौहान अग्निकोला राजपूतां अते 36 शाही खानदानां विचों एक ने। करनल टाड इन्हां नूं सारी राजपूत नस्ल विचों सब तो तगड़े अते बहादुर मनदा है। हिंदुस्तान दे आखिरी हिंदू हुकमरान भी इस कबीले दा सी। इन्हां दा राज दिल्ली तो पहलां जयपुर विच अजमेर ते सांभर विच सी और इत्थे इन्हां दा मुढ़ला घर सी। आख्या जांदा भी दिल्ली विचों राज मुकण मगरों उन्होंने संभल तो जमुना पार किया अते मुरादाबाद विच चले गए जिथे करनाल अते अंबाला दे चौहाना दी नसल दे हसब नसब दे जाणू गवैये हाली भी रेंदे ने। इहो इलाका पुराने जमाने दे कुरुक्षेत्र या कौरवां अते पांडवां दी लड़न भिड़न वाली थां सी। उस जू दे विच हुण भी चौखी थां ते राजपूतां दा कब्ज़ा है। लेंदे विच तनवार ने जो आपों भी पांडवां दी औलाद ने पर चौखा हिस्सा चौहाना दे कोल है। उन्हां दा मुढ़ला पिंड करनाल विच जूंडला है। चौहान जिहड़े ने इस तों अड अंबाला ते करनाल विच तनवार दे मतलब सीधा चढ़दे पासे पटियाला नाभा ते जंड दे नाल नाल लगदे थावां दे विच वसे हुए ने। इह सारी जूह दे विच
पहला पंडीर राजपूत वसते ने इतों तीकर पे भी कु पुश्ता पहला राणा हर राय के झंडे हेठ चौहान ने संभल से चढ़ाई की ते पंडीर नू जमुना दे उस पासे टिक दिता। ख्याल किया जाता है भी ये गल बहलोल लोधी दे बारे दी सी। नाल लिखते हैं कि साड़ी जिहड़ी गिनमे थे यानी आदादो शुमार दे मुताबक चौहान दिल्ली हिसार डिवीजन दे बाकी ज़िलों ते गुजरांवाला फिरोजपुर रावलपिंडी ते शाहपुर चौखी गिनती विच वसदे ने। अते इन्हां सारिआं अपने आप नू चौहान ही लिखवाया जिन्हां दा अपना कोई लकब नहीं। शाहपुर विच 1700 लोकां अपने आप नू गोंदल चौहान लिखवाया। जट चौहान भी इसे चौहान नसल दे ने अते गुजरांवाला गुजरात ते फिरोजपुर ते होर कई ज़िलों के कई जट कबीलियां नू चौहान दी नसलों दस्या जांदा है। अते इहो सच असी चौहान जट कबीले दे उस पीढ़ीनामे राही साबित करांगे कि चौहान जड़े ने मुढ़ले पक्षों जट ने तो यह पीढ़ीनामा साढ़े नाल मीरपुर मथेला तो आरिया डॉक्टर लाल बख्श नायक मल्ली जट ने साझा किया। इस कुरसी नामे के मुताबक हज़रत आदम होरां तो चोखा अगेरे जा के होए ने हज़रत इब्राहिम अलैहिस्सलाम ते उन्हां दे पुत्र हज़रत इस्माइल अलैहिस्सलाम उन्हां दे 12 पुत्र सन। उन्हां दा हज़रत इस्माइल होरां दा दूजा नाम आथरू भी ते अंग्रेज़ी विच उन्हां नूं सम ईल या सैमुएल भी आखदे ने। अगों हज़रत इस्माइल होरां दे पुत्र होया किरण। किरण दा दूजा नाम नारायण भी सी। अरबंद ते कीदार ते दीप भी ये सारे नाँ किरण दे ने। अगों किरण दा पुत्र होया उत्तरी ते उहदा होर नाम ब्रह्मा ते शीस भी है। अगों उत्तरी दा पुत्र होया नरी जिहदा मतलब हुंदा फरमाबरदार। अगों नरी दा पुत्र होया सूरज ते सूरज दा पुत्र होया वच्छा जिहदे दूजे नाँ कशेप कत्सू अते देव भी ने। अगों वच्छा दा पुत्र होया कछवा जो सूरज मनसियां चों पहला जट हाकम होया। मुड़ कछवा दा पुत्र होया बुद्ध जिहदे दूजे नाँ निर्मल निर्जन ते मुस्कुराण वाला ने। अगों बुद्ध दा पुत्र होया शिशपाल जिन्हों यजन अते चन्नू ही आखदे ने। अगों शिशपाल दा पुत्र सी हमसा जिन्हों सतगुर चालक भी आखदे ने। अगों हमसा दे घर पुत्र होया आदू चालक जिहदा दूजा नाँ मुंगर चालक भी सी। आदू चालक दा पुत्र होया निर्मल चालक जिन्हों राहुल चालक भी आखदे ने। मुड़ निर्मल चाल निर्मल दा पुत्र होया लक्ष्मण ते लक्ष्मण दा पुत्र होया सरूज। सरूज दा पुत्र होया निर्जन। निर्जन दा पुत्र होया अर्जन। अर्जन दा पुत्र होया जी सतगुर ते सतगुर दा पुत्र होया ज्ञान। ज्ञान दा पुत्र होया जी अमृत ते अमृत दा पुत्र जिहड़ा ओ बेदामल ते बेदामल दा पुत्र सर्बमल ते सर्बमल दा पुत्र होया जोगमल ते जोगमल दा पुत्र होया जबरमल ते जबरमल दा पुत्र हमसा राज होया ते हमसा राज दा पुत्र होया सूरजमुखी राज। सूरजमुखी राज दा पुत्र होया किरण राज ते किरण राज दा पुत्र होया चंद्रसीन राज। चंद्रसीन राज दा पुत्र होया जी गवा संघ सीन ते गवा संघ सीन दा पुत्र होया बालजा सीन। बालजा सीन दा पुत्र होया दूदेशी राज ते दूदेशी राज दा पुत्र होया हमसा सीन ते हमसा सीन दा अगो पुत्र होया मूल राज जिहदा मतलब हुंदा सुख देण वाला राहत देण वाला। मूल राज दा पुत्र सी चालक राज। मूल राज दे जिहड़े पुत्र होए ने ना ओह सन चालक राज, दूजा पुत्र पुआर राज, तीजा पुत्र पनवार राज, चौथा भाटिया राज, पंजवां गोरजर राज, छेवां उनीर राज, सतवां पुनीर राज, अठवां सुनीर राज, नौवां चुनीर राज, दसवां परमार राज, ग्यारहवां पडियार राज, तेरहवां पुत्र चलोक राज ते अगला पुत्र चाहूमान यानी चौहान। इहदा चाहूमान इहदा नाँ इस वास्ते सी कि इहनू पंजियां वाला आखदे सन। और ये जिहड़ी एक हिंदू मिथालोजी दे विच
दसिया गया कि ये जिहड़े सन ना मूल राज दे पुत्तर, इन्हां ने एक परशुराम नाम दा बंदा सी जिहड़ा मतलब ये है कि उहदे नाल इन्हां दा इन्हां दी उहदे वालद दी गां मार दित्ती ते उह फिर उन्हां ने बददुआ कीती ते जिहड़े ने ना इहदे चार पुत्तर मर गए ते बाद चो रामचंद्र जी नूं नाल लै के ते जा के तरला मिंत कीता ते मूल राज ने ते आख्या कि मैनू मतलब मेरे लिए दुआ करो ते उन्हें दुआ कीती ते अग चो बंदे निकले और वो जेड़े पड़ियार परमार ते इच लोक वो जेड़े बंदे निकले उन्हें मार ना सके पर चाहू मान नूं जदों आख्या ते उन्हें वो जेड़ा राशक जिहा सी उन्हूं मार दिता ते जदों मार दिता ते उन्हें आख्या कि मैं तेरे ते खुश हाँ ते खुश हो के तो उन्हें आख्या दुआ करो ते मूल राज नूं उन्हां नूं दुआ दित्ती कि तेरे अल होर भी चार पुत्र आउणगे ते उस चौहां पुत्रां नूं अग दी निस्बत नाल अगन बंस आख्या जाएगा। तो ये जिहड़ा है परमार राज ते पड़ियार राज चलोक राज जिहड़े सुलंगी ते चाहूमान चौहान ये अगन बंस ने और इन्हां दी जिहड़ी अगों औलाद है वह भी सारी जटां दे विच अगन बंस सिधांदी है। हालांकि मोढ इन्हां दा जिहड़ा सी ना ਉਹ ਸੂਰਜ ਬੰਸੀ ਨਸਲ ਸੀ। ਤੋ ਚਾਹੂਮਾਨ ਚੌਹਾਨ ਦੇ ਅੱਗੋਂ ਪੁੱਤਰ ਹੋਏ ਨੇ ਕਾਇਮ ਖਾਨੀ, ਲਾਲ ਖਾਨੀ, ਚੀਮਾ, ਚੱਠਾ, ਸੱਜਣ ਅਤੇ ਬੁੱਟਰ, ਅਰੋੜਾ, ਐਲਾਵਤ, ਸਾਹੀ, ਬੀਰਮਾ ਜਿਹਦੀ ਨਸਲੋਂ ਡੋਗਰ ਕਬੀਲਾ, ਲਬਾਣਾ ਅਤੇ ਬੰਧਾਣੀ ਇਹ ਸਾਰੇ ਜਿਹੜੇ ਨੇ ਇਹ ਚੌਹਾਨ ਦੇ ਪੁੱਤਰ ਸਨ। ਅਤੇ ਚਾਹੂਮਾਨ ਚੌਹਾਨ ਦੇ ਸਾਰੇ ਵੱਡਕੇ ਵੀ ਜੱਟ ਕਬੀਲੇ ਨੇ, ਉਹਦੇ ਸਾਰੇ ਪੁੱਤਰਾਂ ਦੀ ਔਲਾਦ ਵੀ ਜੱਟ ਸਦਾਂਦੀ ਏ। ਮੁੜ ਚੌਹਾਨ ਰਾਜਪੂਤ ਕਿਵੇਂ ਬਣ ਗਿਆ? ਚੇਤੇ ਰਵੇ ਵੀ ਦਿੱਲੀ ਦਾ ਆਖਰੀ ਹਿੰਦੂ ਰਾਜਾ ਪ੍ਰਿਥੀ ਰਾਜ ਜਿਹੜਾ ਉਹ ਚੀਮਾ ਦੀ ਨਸਲੋਂ ਪੰਜਵੀਂ ਪੁਸ਼ਤ ਵਿੱਚ ਹੋਇਆ ਅਤੇ ਚਾਹੂਮਾਨ ਚੀਮਾ ਚੱਠਾ ਅਤੇ ਉੱਤੇ ਦੱਸਿਆਂ ਸਾਰਿਆਂ ਜੱਟ ਕਬੀਲਿਆਂ ਦਾ ਵੱਡਕਾ ਸੀ। ਤੋ ਪਿਆਰਿਓ ਇਹਦੇ ਨਾਲ ਹੀ ਇਹ ਜਿਹੜਾ ਜ਼ਿਕਰ ਸੀ ਚੌਹਾਨ ਜਾਂ ਚਾਹੂਮਾਨ ਜੱਟ ਦਾ ਉਹ ਖਤਮ ਹੋਇਆ। ਤੁਹਾਡੇ ਨਾਲ ਮਿਲਾਂਗੇ ਕਿਸੇ ਅਗਲੇ ਜੱਟ ਕਬੀਲੇ ਦੀ ਵੀਡੀਓ ਨਾਲ।